ਸੋਨੂੰ ਇਸ ਤੋਂ ਬਾਅਦ ਜਦੋਂ ਕਰੋਨਾ ਟਾਈਮ ਲੰਘ ਗਿਆ ਦੂਆ ਪੱਕੇ ਕਰਾਂਗੇ ਪਰ ਸਾਡੀ ਇਸ ਤੋਂ ਬਾਅਦ ਕਿਸੇ ਨੇ ਸਾਰ ਨਹੀਂ ਲਈ। ਹੁਣ ਜਦੋਂ ਇਹ ਇਲੈਕਸ਼ਨ ਕੈਂਪੇਨ ਦੇ ਲਈ ਸਾਡੇ ਕੋਲ ਆਉਣਗੇ ਕਾਂਗਰਸੀ ਅਸੀਂ ਉਹਨਾਂ ਨੂੰ ਪੁੱਛਾਂਗੇ ਨਾ ਵੀ ਤੁਸੀਂ ਚੋਣ ਵਾਅਦਾ ਪਹਿਲਾਂ ਕੀਤਾ ਸੀ ਉਹ ਤਾਂ ਪੂਰਾ ਨਹੀਂ ਕੀਤਾ। ਕਰੋਨਾ ਯੋਧੇ ਕਹਿ ਕੇ ਸਰਕਾਰ ਨੇ ਸਾਨੂੰ ਇਨਸਲਟ ਕੀਤੀ ਆ ਸਾਡੀ। ਖਜ਼ਾਨਾ ਮੰਤਰੀ ਕਹਿ ਦਿੰਦੇ ਆ ਜੀ ਖਜ਼ਾਨਾ ਖਾਲੀ ਆ। ਚੰਨੀ ਨੂੰ ਇਹੀ ਸਿੱਧੀ ਚੇਤਾਵਨੀ ਆ ਵੀ ਜੇ ਉਹ ਸਾਡੀਆਂ ਮੰਗਾਂ 'ਤੇ ਗੌਰ ਨਹੀਂ ਕਰਦੇ ਤਾਂ ਅਸੀਂ ਜਿਹੜਾ ਆਪਦਾ ਸੰਘਰਸ਼ ਆ ਉਹਨੂੰ ਤਿੱਖਾ ਕਰਾਂਗੇ। ਉਹਦੇ ਵਿੱਚ ਫਿਰ ਚਾਹੇ ਸਾਨੂੰ ਆਪਦੀਆਂ ਜਾਨਾਂ ਦੀ ਬਾਜ਼ੀ ਕਿਉਂ ਨਾ ਲਾਉਣੀ ਪਏ। NHM ਦੇ ਮੁਲਾਜ਼ਮਾਂ ਵੱਲੋਂ ਸਰਕਾਰੀ ਹਸਪੀਟਲ ਦੇ ਪਾਰਕ ਵਿੱਚ ਲਗਾਏ ਧਰਨੇ। ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਮੁਰਦਾਬਾਦ, ਓਪੀ ਸੋਨੀ ਮੁਰਦਾਬਾਦ ਦੇ ਲਗਾਏ ਨਾਰੇ। ਆਪਣੀ ਹੱਡਬੀਤੀ ਦੱਸਦੇ ਹੋਏ ਮੀਡੀਆ ਨੂੰ ਦੱਸਿਆ ਕਿ ਸਾਡੇ ਤੋਂ 12 ਤੋਂ 14 ਘੰਟੇ ਕੰਮ ਲੈਣ ਤੋਂ ਬਾਅਦ ਵੀ 8 ਤੋਂ 10 ਹਜ਼ਾਰ ਹੀ ਤਨਖਾਹ ਦਿੱਤੀ ਜਾਂਦੀ ਹੈ। ਸਾਨੂੰ ਝੂਠੇ ਦਾਅਵੇ ਤੇ ਵਾਅਦਿਆਂ ਵਿੱਚ ਰੱਖਿਆ ਗਿਆ। ਸਾਡੇ ਮੀਡੀਆ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਸਾਨੂੰ ਦੱਸਿਆ ਕਿ ਚੰਨੀ ਸਰਕਾਰ ਵੱਲੋਂ 36,000 ਮੁਲਾਜ਼ਮਾਂ ਨੂੰ ਅਸੀਂ ਰੈਗੂਲਰ ਭਰਤੀ ਕਰ ਲਵਾਂਗੇ ਕਿਹਾ, ਪਰ ਇਹ ਦਾਅਵੇ ਤੇ ਵਾਅਦੇ ਝੂਠੇ ਨਿਕਲੇ। ਅਜੇ ਤੱਕ ਇੱਕ ਵੀ ਮੁਲਾਜ਼ਮ ਪੰਜਾਬ ਸਰਕਾਰ ਵੱਲੋਂ ਭਰਤੀ ਨਹੀਂ ਕੀਤਾ ਗਿਆ। ਇਹ ਸਭ ਇਲੈਕਸ਼ਨਾਂ ਨੂੰ ਦੇਖਦੇ ਹੋਏ ਸਾਨੂੰ ਮੂਰਖ ਬਣਾ ਰਹੀ ਹੈ ਕਾਂਗਰਸ ਸਰਕਾਰ। ਅਸੀਂ ਸਿੱਧੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜੇ ਸਾਨੂੰ ਪੱਕਾ ਨਹੀਂ ਕੀਤਾ ਗਿਆ ਤਾਂ ਅਸੀਂ ਪੱਕਾ ਬਾਈਕਾਟ ਕਰਾਂਗੇ ਕਾਂਗਰਸ ਸਰਕਾਰ ਦਾ, ਕਿਹਾ NHM ਦੀ ਟੀਮ ਨੇ। ਤੁਸੀਂ ਆ ਸਰਕਾਰੀ ਹਸਪੀਟਲ ਦੇ ਪਾਰਕ ਵਿੱਚ ਧਰਨਾ ਦੇ ਰਹੇ ਹੋ, ਬਹੁਤ ਦਿਨ ਹੋ ਗਏ, ਤੁਹਾਡਾ ਯੂਥ ਬੈਠਾ, ਲੜਕੀਆਂ ਬੈਠ, ਤੁਸੀਂ ਬੈਠੋ, ਕੀ ਕਾਰਨ ਹੈ? ਅਸੀਂ NHM ਇੰਪਲਾਈ ਹਾਂ ਜੀ, ਅਤੇ ਸਾਨੂੰ ਸਰਕਾਰ ਨੇ ਪਹਿਲਾਂ ਵਾਅਦਾ ਕੀਤਾ ਸੀ ਵੀ ਅਸੀਂ ਇਹਨਾਂ ਨੂੰ ਪੱਕੇ ਕਰਾਂਗੇ ਜੀ, ਪਰ ਅੱਜ ਤੱਕ ਸਾਨੂੰ ਸਾਡੀ ਸਾਰ ਨਹੀਂ ਲਈ। ਅਸੀਂ ਕਰੋਨਾ ਟਾਈਮ ਦੇ ਵਿੱਚ ਵੀ ਬਹੁਤ ਕੰਮ ਕੀਤਾ ਗਾ, ਆਪਦੀ ਜਾਨ 'ਤੇ ਖੇਡ ਕੇ ਕੰਮ ਕਰਦੇ ਰਹੇ ਹਾਂ। ਉਦੋਂ ਇਹਨਾਂ ਨੇ ਕਿਹਾ ਸੀਗਾ ਵੀ ਤੁਹਾਨੂੰ ਇਸ ਤੋਂ ਬਾਅਦ ਜਦੋਂ ਕਰੋਨਾ ਟਾਈਮ ਲੰਘ ਗਿਆ ਦੂਆ ਪੱਕੇ ਕਰਾਂਗੇ, ਪਰ ਸਾਡੀ ਇਸ ਤੋਂ ਬਾਅਦ ਕਿਸੇ ਨੇ ਸਾਰ ਨਹੀਂ ਲਈ ਜੀ। ਸਰਕਾਰ ਜੀ, ਤੁਸੀਂ ਕੋਈ ਇਸ ਉੱਚ ਅਧਿਕਾਰੀ ਨੂੰ ਮਿਲੇ, ਕੋਈ ਮੈਡੀਕਲ ਆਫੀਸਰ ਨੂੰ ਮਿਲੇ, ਕੋਈ ਮੰਤਰੀ ਮੁੰਤਰੀ ਨੂੰ? ਹਾਂਜੀ, ਸਾਡੀ ਯੂਨੀਅਨ ਮਿਲੀ ਆ ਓਪੀ ਸੋਨੀ ਜੀ ਨੂੰ ਜੀ, ਮੀਟਿੰਗ ਹੋਈ ਆ, ਪਰ ਉਹਦੇ ਵਿੱਚ ਉਹੀ ਮਿੱਠੀ ਗੋਲੀ ਜਿਹੜੀ ਦਿੰਦੇ ਨੇ, ਕਹਿੰਦੇ ਅਸੀਂ ਕਰ ਦਾਂਗੇ, ਕਦੇ ਜਵਾਬ ਦੇ ਦਿੰਦੇ ਨੇ ਅਸੀਂ ਅਗਲੀ ਵਾਰ ਸਰਕਾਰ ਬਣੀ ਉਦੋਂ ਕਰਾਂਗੇ ਜੀ। ਕੀ ਕਹਿਣਾ ਚਾਹੋਗੇ ਵੀਰ ਜੀ, ਤੁਸੀਂ ਵੀ ਇੱਕ ਹਿੱਸਾ ਬਣੇ ਹੋ, ਕੀ ਕਹਿਣਾ ਚਾਹੋਗੇ? ਅਸੀਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸੀ, ਜੋ ਅਸੀਂ ਕੰਮ ਕੀਤਾ ਉਸ ਆਧਾਰ 'ਤੇ ਸਾਨੂੰ ਪੱਕੇ ਕੀਤਾ ਜਾਵੇ ਸਰਕਾਰ। ਅਤੇ ਅਸੀਂ ਕਰੋਨਾ ਦੇ ਵਿੱਚ 2 ਸਾਲ ਆਪਦੇ ਜੇਬ 'ਚੋਂ ਖਰਚ ਕਰਕੇ ਆਉਂਦੇ ਰਹੇ, ਜੋ ਸਾਰਾ ਕੁਝ ਬੰਦ ਸੀ, ਨਿਗੋੜੀਆਂ ਤਨਖਾਹਾਂ ਦੇ ਬਾਵਜੂਦ ਅਸੀਂ ਇੰਨਾ ਕੰਮ ਕੀਤਾ, ਪਰ ਸਰਕਾਰ ਸਾਡੀ ਸੁਣ ਨਹੀਂ ਰਹੀ। ਸਾਡੀ ਇਹੀ ਮੰਗ ਹੈ, ਸਾਨੂੰ ਬਰਾਬਰ ਕੰਮ, ਬਰਾਬਰ ਤਨਖਾਹ ਦਿੱਤੀ ਜਾਵੇ, ਅਸੀਂ ਕਿਉਂ ਇਹ ਹੀਨਤਾ ਦੀ ਭਾਵਨਾ ਨਾਲ ਜੀ ਰਹੇ ਹਾਂ? ਸਾਨੂੰ 1 ਮਹੀਨਾ ਹੋ ਗਿਆ ਜੀ ਲਗਾਤਾਰ ਸਾਡੀ ਜਿਹੜਾ ਧਰਨਾ ਚੱਲ ਰਿਹਾ, ਸਰਕਾਰ ਨਾਲ ਲਗਾਤਾਰ ਪੈਨਲ ਮੀਟਿੰਗਾਂ ਵੀ ਹੋਈਆਂ ਨੇ, ਪਰ ਸਰਕਾਰ ਸਾਡੇ ਪੱਲੇ ਕੁਛ ਨਹੀਂ ਪਾ ਰਹੀ। ਖਜ਼ਾਨਾ ਮੰਤਰੀ ਕਹਿ ਦਿੰਦੇ ਆ ਜੀ ਖਜ਼ਾਨਾ ਖਾਲੀ ਹੈ ਜੀ, ਖਜ਼ਾਨਾ ਤਾਂ ਖਾਲੀ ਆ, ਪਰ ਉਹਨਾਂ ਦਾ ਚੰਨੀ ਵੱਲੋਂ ਤਾਂ ਕਿਹਾ ਸਾਡਾ ਖਜ਼ਾਨਾ ਬਹੁਤ ਭਰਿਆ ਹੋਇਆ ਜੀ। ਦੇਖੋ ਸਾਨੂੰ ਨਹੀਂ ਪਤਾ, ਉਹ 36,000 ਦਾ ਐਲਾਨ ਵੀ ਕਰ ਰਹੇ ਨੇ ਵੀ 36,000 ਮੁਲਾਜ਼ਮ ਪੱਕੇ ਕਰਦੇ। ਅੱਜ ਅਸੀਂ ਪੋਲ ਖੋਲ ਪਰਚੇ ਵੀ ਵੰਡਣੇ ਨੇ, ਕਾਂਗਰਸ ਸਰਕਾਰ ਵੀ ਇਹ ਜਿਹੜੇ 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਦਾਅਵਾ ਕਰਦੀ ਹੈ, ਪਰ ਸਾਡਾ ਉਹਦੇ 'ਚ ਕਿਤੇ ਇਹ ਜ਼ਿਕਰ ਨਹੀਂ ਕਰ ਰਹੇ। ਸਾਨੂੰ ਦੱਸ ਨਹੀਂ, 36,000 ਮੁਲਾਜ਼ਮ ਪੱਕੇ ਕਰਨ ਦਾ ਦਾਅਵਾ ਕੀਤਾ ਹੈ, ਤੁਹਾਡਾ ਕੋਈ ਫਰੈਂਡ ਸਰਕਲ ਦੇ ਵਿੱਚੋਂ, ਤੁਹਾਡੇ ਕੋਈ ਹੋਰ ਸਰਕਲ ਦੇ ਵਿੱਚੋਂ ਇੱਕ ਵੀ ਬੰਦਾ ਭਰਤੀ ਹੋਇਆ ਕੋਈ? ਸਾਨੂੰ ਤਾਂ ਇਹੀ ਤਾਂ ਅਸੀਂ ਅੱਜ ਪਰਚੇ ਵੰਡਣੇ ਆ ਨਾ, ਸਾਨੂੰ ਤਾਂ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਪੰਜਾਬ 'ਚ 36,000 ਦੇ ਵਿੱਚ ਇੱਕ ਵੀ ਬੰਦਾ ਕੋਈ ਕਹਿੰਦਾ ਹੋਵੇ ਵੀ ਮੈਂ ਇਹ 36,000 ਦੇ ਵਿੱਚ ਆਉਣਾ, ਅਤੇ ਮੈਂ ਕੱਚਾ ਸੀ ਪਹਿਲਾਂ, ਸਾਨੂੰ ਤਾਂ ਪਤਾ ਹੀ ਨਹੀਂ ਲੱਗ ਰਿਹਾ ਜੀ ਹਜੇ ਜੀ। ਤੁਹਾਨੂੰ ਲੱਗਦਾ ਕਿ ਤੁਹਾਡੀਆਂ ਮੰਗਾਂ 'ਤੇ ਸਰਕਾਰ ਧਿਆਨ ਦਊਗੀ? ਦੇਖੋ ਜੀ, ਸਰਕਾਰ ਨੂੰ ਧਿਆਨ ਤਾਂ ਦੇਣਾ ਚਾਹੀਦਾ, ਪਰ ਸਰਕਾਰ ਆ ਜਿਹੜੀ ਹੁਣ ਉਹ ਜੁਮਲੇਬਾਜ਼ੀਆਂ 'ਤੇ ਆਈ ਹੋਈ ਆ, ਕਦੇ ਉਹ ਕੋਈ ਨੌਟੰਕੀ ਕਰਦੇ ਨੇ, ਕਦੇ ਕੋਈ, ਜਿਹੜੀਆਂ ਹੱਕੀ ਮੰਗਾਂ, ਜਮਹੂਰੀ ਮੰਗਾਂ ਜਿਹੜੀਆਂ ਅਸੀਂ ਮੰਗ ਰਹੇ ਹਾਂ, ਉਹ ਸਰਕਾਰ ਨਹੀਂ ਸੁਣ ਰਹੀ। ਕਿੱਥੇ ਇਲੈਕਸ਼ਨ ਸਿਰ 'ਤੇ ਆ ਕੇ, ਕਿੱਥੇ ਉਹਦੇ ਇਲੈਕਸ਼ਨਾਂ 'ਤੇ ਨਹੀਂ ਕੋਈ ਵਾਅਦੇ ਦਾਅਵੇ ਕਰ ਰਹੇ? ਕਿਸ ਨਹੀਂ, ਦੇਖੋ ਇਲੈਕਸ਼ਨ 'ਤੇ ਜੇ ਹੁਣ ਸਾਡੀਆਂ ਮੰਗਾਂ ਨਹੀਂ ਮੰਨਣਗੇ, ਅਸੀਂ 13-13,500 ਮੁਲਾਜ਼ਮ ਆ ਦੇਖੋ ਜੀ, ਸਾਡੇ ਪਰਿਵਾਰ ਬਿਲਕੁਲ ਜੀ, ਜਿੱਦੇ ਇੱਥੇ ਚੰਨੀ ਸਾਹਿਬ ਆਏ ਨੇ ਪੱਟੇ ਬਰਨਾਲੇ ਦੇ ਵਿੱਚ, ਅਸੀਂ ਡਟ ਕੇ ਵਿਰੋਧ ਕੀਤਾ ਉਹਨਾਂ ਦਾ, ਅਤੇ ਹੁਣ ਜਦੋਂ ਇਹ ਇਲੈਕਸ਼ਨ ਕੰਪੇਨ ਦੇ ਲਈ ਸਾਡੇ ਕੋਲ ਆਉਣਗੇ ਕਾਂਗਰਸੀ, ਅਸੀਂ ਉਹਨਾਂ ਨੂੰ ਪੁੱਛਾਂਗੇ ਨਾ ਵੀ ਤੁਸੀਂ ਚੋਣ ਵਾਅਦਾ ਪਹਿਲਾਂ ਕੀਤਾ ਸੀ, ਉਹ ਤਾਂ ਪੂਰਾ ਨਹੀਂ ਕੀਤਾ, ਫਿਰ 36,000 ਵਾਲਾ ਵੀ ਕੀਤਾ, ਉਹ ਵੀ ਨਹੀਂ ਪੂਰਾ ਕੀਤਾ। ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਅਸੀਂ 13-13 ਸਾਲਾਂ ਤੋਂ ਜਿਹੜੇ ਕੱਚੇ ਕਾਮੇ ਦੇ ਤੌਰ 'ਤੇ ਕੰਮ ਕਰ ਰਹੇ ਹਾਂ, ਕਰੋਨਾ ਯੋਧੇ ਕਹਿ ਕੇ ਸਰਕਾਰ ਨੇ ਸਾਨੂੰ ਇਨਸਲਟ
ਕੀਤੀ ਆ ਸਾਡੀ, ਜੋ ਸਾਡਾ ਬਣਦਾ ਹੱਕ ਆ ਉਹ ਨਹੀਂ ਦਿੱਤਾ। ਹੁਣ ਸਾਡੀ ਸਰਕਾਰ ਨੂੰ ਚੰਨੀ ਨੂੰ ਇਹੀ ਸਿੱਧੀ ਚੇਤਾਵਨੀ ਆ ਵੀ ਜੇ ਉਹ ਸਾਡੀਆਂ ਮੰਗਾਂ 'ਤੇ ਗੌਰ ਨਹੀਂ ਕਰਦੇ ਤਾਂ ਅਸੀਂ ਜਿਹੜਾ ਆਪਦਾ ਸੰਘਰਸ਼ ਆ ਉਹਨੂੰ ਤਿੱਖਾ ਕਰਾਂਗੇ। ਉਹਦੇ ਵਿੱਚ ਫਿਰ ਚਾਹੇ ਸਾਨੂੰ ਆਪਦੀਆਂ ਜਾਨਾਂ ਦੀ ਬਾਜ਼ੀ ਕਿਉਂ ਨਾ ਲਾਉਣੀ। ਅਸੀਂ ਐਨ ਐਚ ਐਮ ਮੁਲਾਜ਼ਮਾਂ ਵੱਲੋਂ ਮਤਲਬ ਕਿ ਸਾਨੂੰ 1.5 ਮਹੀਨਾ ਹੋ ਗਿਆ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ, ਪਰ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ। ਸਾਨੂੰ ਲਾਰੇ 'ਤੇ ਲਾਰੇ ਲਾ ਰਹੇ ਹੈਗੇ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਰਕਾਰ ਨੂੰ ਇਹੀ ਕਹਿੰਦੇ ਹਾਂਗੇ ਕਿ ਤੁਸੀਂ ਸਾਡਾ ਹੁਣ ਤੱਕ ਨਹੀਂ ਕੋਈ ਹੱਲ ਕੀਤਾ ਹੈਗਾ, ਤਾਂ ਹੁਣ ਅਸੀਂ ਅੱਗੇ ਵਾਸਤੇ ਆਪਣਾ ਜਿਹੜਾ ਪ੍ਰਦਰਸ਼ਨ ਹੈ ਇਹਨੂੰ ਹੋਰ ਜ਼ੋਰਦਾਰ ਤਿੱਖਾ ਪ੍ਰਦਰਸ਼ਨ ਕਰਾਂਗੇ ਅਸੀਂ, ਠੀਕ ਹੈ, ਤਾਂ ਕਿ ਜਿਹੜਾ ਇੰਨੀਆਂ ਮਾਰੂ ਨੀਤੀਆਂ ਬਣਾ ਰਹੀ ਹੈ ਸਰਕਾਰ, ਅਤੇ ਉਹਨਾਂ ਦੇ ਖਿਲਾਫ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਇਹਨਾਂ ਦਾ। ਪੰਜਾਬ ਸਰਕਾਰ ਮੁਰਦਾਬਾਦ, ਕਰੋਨਾ ਯੋਧੇ ਪੱਕੇ ਕਰੋ, ਪੱਕੇ ਕਰੋ, ਪੱਕੇ ਕਰੋ, ਕਰੋਨਾ ਯੋਧੇ ਪੱਕੇ ਕਰੋ, ਪੱਕੇ ਕਰੋ, ਪੱਕੇ ਕਰੋ, ਚੰਨੀ ਸਰਕਾਰ ਹਾਏ ਹਾਏ, ਹਾਏ ਹਾਏ, ਹਾਏ ਹਾਏ।